ਸਤਿ ਸ਼੍ਰੀ ਅਕਾਲ ਜੀ। ਇੱਕ ਸਾਡੇ ਸਬਡਿਵੀਜ਼ਨ ਫੂਲ ਦੇ ਵਿੱਚ, ਇੱਕ ਪਿੰਡ ਦੇ ਵਿੱਚ ਕਿਸੇ ਦੇ ਘਰੇ, ਜਿਹੜੇ ਉਹਨਾਂ ਦੇ ਬੰਦਾ ਕੋਈ ਕੰਮ ਕਰਦਾ ਸੀਗਾ, ਉਹਨੂੰ ਇੱਕ ਬੰਦਾ ਚਿੱਠੀ ਫੜਾ ਕੇ ਚਲਾ ਗਿਆ ਸੀ ਕੁਝ ਦਿਨ ਪਹਿਲਾਂ। ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ ਪ੍ਰੋ ਖਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ, ਉਹਦੇ ਬਿਹਾਫ ਤੇ ਇਹਨਾਂ ਤੋਂ ਫਿਰੌਤੀ ਦੀ ਮੰਗ ਕੀਤੀ ਸੀਗੀ। 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ। ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਦੇ ਰਾਹੀਂ ਵੀ ਬਾਅਦ 'ਚ ਇਸ ਤਰੀਕੇ ਦੀ ਫਿਰੌਤੀ ਦੀ ਮੰਗ ਕਰਨੀ ਸ਼ੁਰੂ ਕਰਤੀ। ਤਾਂ ਫਿਰ ਸਾਡੇ SPD, DSPD, CID ਦੀ ਟੀਮ, CID ਦੀ ਟੀਮ, ਸਬ ਡਿਵੀਜ਼ਨ ਵਾਲੇ ਆਫਿਸਰਸ ਤੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਨੈਬ ਕਰ ਲਿਆ। ਤੇ ਗੁੱਥੀ ਜਦੋਂ ਸੁਲਝੀ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਇੱਕ ਫੜਿਆ ਗਿਆ, ਕਰਮ ਸਿੰਘ ਉਰਫ ਨਿੱਕਾ, ਇਹ ਟਿਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ, ਜਿਹਦੀ ਉਮਰ 29 ਸਾਲ ਹੈਗੀ ਹੈ। ਇੱਥੇ ਪਹਿਲੇ ਕੋਈ ਮੁਕੱਦਮਾ ਦਰਜ ਨਹੀਂ ਹੈ ਤੇ ਇਹਨਾਂ ਦੇ ਘਰੇ ਹੀ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਘਰੇ ਕੋਈ ਹੋਰ ਕੰਮ ਕਰਨ ਆਏ ਸੀਗੇ, ਕਿਉਂਕਿ ਇਹਨਾਂ ਨੂੰ ਇਸ ਪਰਿਵਾਰ ਦੇ ਘਰ ਦਾ ਭੇਤ ਪਤਾ ਸੀਗਾ, ਉਹਨਾਂ ਦੇ ਕੋਲ ਜੇ ਕੋਈ ਪੈਸੇ ਪੂਸੇ ਸੀਗੇ ਉਹਦੇ ਬਾਰੇ ਜਾਣਕਾਰੀ ਸੀਗੀ। ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ 2-3 ਬੰਦਿਆਂ ਨੇ ਇਸ ਤਰੀਕੇ ਦੀ ਫਿਰੌਤੀ ਦੀ ਮੰਗ ਕੀਤੀ। ਤਾਂ ਇਹ ਮੇਨ ਜਿਹੜਾ ਇਹਦੇ ਵਿੱਚ ਕੰਸਪੀਰੇਟਰ ਸੀਗਾ ਉਹ ਅਸੀਂ ਰਾਊਂਡ ਅਪ ਕਰ ਲਿਆ, ਬਾਕੀ ਜਿਹੜੇ 2 ਬੰਦੇ ਰਹਿੰਦੇ ਉਹ ਵੀ ਜਲਦੀ ਫੜੇ ਜਾਣਗੇ। ਸਰ, ਇਸ ਮਾਮਲੇ ਦੇ ਵਿੱਚ ਕੀ ਗੱਲ ਕੀਤੀ ਜਾਵੇ, 2 ਬੰਦਿਆਂ ਦਾ ਇਨਵੋਲਵਮੈਂਟ ਹੈ, ਇਹਨਾਂ ਦੇ ਕੋਈ ਬਰਾਤੀ ਛੋਕੜ ਵੀ ਹੈ ਜਿਨ੍ਹਾਂ ਦੇ? ਜਿਹੜਾ ਬੰਦਾ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿਛੋਕੜ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ। ਬਾਕੀ 2 ਜਦੋਂ ਫੜੇ ਜਾਣਗੇ ਉਹਨਾਂ ਦਾ ਵੀ ਅਸੀਂ ਦੱਸ ਦਾਂਗੇ। ਕਿ ਤੁਸੀਂ ਘਰ 'ਚ ਕੰਮ ਕਰਨ ਦੀ ਗੱਲ ਆ, ਕਿਸ ਤਰ੍ਹਾਂ ਦਾ ਕੰਮ ਕਰਦੇ, ਤਸਵੀਰ ਨੂੰ ਜਿਸ ਤਰ੍ਹਾਂ ਲਿਖਿਆ ਗਿਆ? ਹਾਂ, ਇਹ ਤਾਂ ਇਹਨਾਂ ਦੇ ਪੱਕਾ ਹੀ ਕੰਮ ਕਰਦਾ ਸੀ ਇਸ ਤਰੀਕੇ। ਅੱਛਾ ਜੀ, ਬਾਕੀ ਜਿਹੜੇ 2 ਬੰਦੇ ਦੇ ਕਹੇ ਮੁਤਾਬਿਕ ਜਿਹੜੀ ਹੁਣ ਤੱਕ ਗੱਲ ਆਈ ਹੈ ਕਿ ਉਹ ਕੋਈ POP ਵਗੈਰਾ ਦਾ ਇਹਨਾਂ ਦੇ ਘਰੇ ਕੰਮ ਕੀਤਾ ਸੀਗਾ। ਬਟ ਦੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਆ ਜਾਣਗੇ ਕਾਬੂ 'ਚ, ਫਿਰ ਅਸੀਂ ਬਾਅਦ 'ਚ ਦੱਸਾਂਗੇ ਕਿ ਸੱਚਾਈ ਕੀ। ਕਿੰਨੇ ਟਾਈਮ ਤੋਂ ਕਰ ਰਹੇ? ਇਹ ਇਹਨਾਂ ਦੇ ਘਰ ਤਾਂ ਕਾਫੀ ਸਾਰਾ ਤੋਂ ਕੰਮ ਕਰ ਰਿਹਾ ਸੀਗਾ, ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ। ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀਗੇ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਇਸ ਤਰੀਕੇ ਦਾ ਕੰਮ ਕੀਤਾ। 6 ਲੱਖ ਤੋਂ ਪੁੱਛ ਰਿਹਾ ਦੇ ਵਿੱਚ ਕੁਝ ਆਇਆ ਜੀ, ਕਿਉਂ ਇਹਨੇ ਕੀਤਾ? ਪੈਸੇ ਦੇ ਲਾਲਚ 'ਚ ਕੀਤਾ ਜੀ। 6 ਲੱਖ ਰੁਪਏ ਮੰਗਿਆ ਗਿਆ ਦੋਨੇ ਵਾਰ, ਜਿਸ ਤਰ੍ਹਾਂ ਚਿੱਠੀ ਦੀ ਗੱਲ ਆਈ ਜਾਂ ਫੋਨ ਕਾਲ ਦੀ, ਉਹ ਬਾਅਦ 'ਚ ਜਿਹੜੀ ਡਿਟੇਲ ਅਸੀਂ ਦੱਸਾਂਗੇ, ਲੇਕਿਨ ਪ੍ਰਾਈਮਾ ਫੇਸਾ ਜਿਹੜੀ ਗੱਲ ਸਾਹਮਣੇ ਆਈ ਕਿ ਬਾਅਦ 'ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਨਹੀਂ ਤਾਂ ਮੈਨੂੰ 5 ਦੇ ਦਿਓ, 5 ਨਹੀਂ ਤਾਂ 4 ਦੇ ਦਿਓ, ਇਸ ਤਰੀਕੇ ਦੀ ਵੀ ਇਹਦੇ ਵਿੱਚ ਗੱਲ ਸਾਹਮਣੇ ਆਈ। ਉਹ ਸੀਰੀ ਦਾ ਜਿਹੜਾ ਜ਼ਿਮੀਦਾਰ ਪਰਿਵਾਰ ਹੈ ਜੀ। ਨਹੀਂ, ਬਿਜ਼ਨਸ ਫੈਮਿਲੀ ਵਾਲੀ ਗੱਲ ਹੁਣ ਤੱਕ ਨਹੀਂ ਸਾਹਮਣੇ, ਜਿਹੜੇ ਇਹ ਵਿਲੇਜ ਦੇ ਵਿੱਚ ਹੀ ਜ਼ਿਮੀਦਾਰ ਪਰਿਵਾਰ ਹੈਗੇ ਜਿਨ੍ਹਾਂ ਦੀ ਖੇਤੀਬਾੜੀ ਹੈ। ਹਾਂਜੀ, ਪਰਿਵਾਰ ਉੱਥੇ ਰਹਿੰਦਾ ਸੀ। ਇਹਨਾਂ ਦੇ ਕੋਲ ਕੁਝ ਟੈਕਨੀਕਲ ਇਨਪੁਟ ਸੀਗੇ, ਤਾਂ ਟੈਕਨੀਕਲ ਐਵੀਡੈਂਸ ਦੇ ਬੇਸਿਸ ਤੇ ਇਹਨਾਂ ਨੇ ਗਾਂ ਟੀਮਾਂ ਨੇ ਕੰਮ ਕਰਕੇ ਥੋੜੀ ਹਿਊਮਨ ਇੰਟੈਲੀਜੈਂਸ ਵੀ ਯੂਜ਼ ਕੀਤੀ, ਤਾਂ ਫਿਰ ਇਹਨੂੰ ਕ੍ਰੈਕ ਕੀਤਾ। ਜਿਹੜੀ ਚਿੱਠੀ ਲਿਖੀ ਗਈ ਸੀ ਉਹਦਾ ਜਿਹੜਾ ਆਪਾਂ ਮਜਮੂਨ ਦੀ ਗੱਲ ਕਰੀਏ, ਕੀ ਸੀਗਾ ਵੀ, ਕਿਸੇ ਆਰਗੇਨਾਈਜੇਸ਼ਨ ਦਾ ਨਾਮ ਲਿਖਿਆ ਸੀ ਜਾਂ ਕਿਸ ਤਰ੍ਹਾਂ? ਉਹ ਰੈਫਰੈਂਸ ਦਿੱਤੀ ਸੀਗੀ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਚੰਦੇ ਦੇ ਕਰਕੇ ਜਿਹੜੀ ਹੈਗੀ ਹੈ ਉਸ ਰੂਪ ਦੇ ਵਿੱਚ ਇਹਨਾਂ ਨੇ ਬੇਸਿਕਲੀ ਫਿਰੌਤੀ ਦੀ ਮੰਗ ਕੀਤੀ। ਫੰਡ ਮੰਗਿਆ ਸੀ? ਹਾਂ, ਬੇਸਿਕਲੀ ਉਹਨੂੰ ਫਿਰੌਤੀ ਹੀ ਕਿਹਾ ਜਾ ਸਕਦਾ ਕਿਉਂਕਿ ਉਹ ਧਮਕੀ ਦੇ ਕੇ ਮੰਗਿਆ ਗਿਆ ਸੀ। ਕੋਈ ਲਿੰਕ ਇਹਨਾਂ ਦਾ ਨਹੀਂ ਹੈ ਜੀ। ਇਹ ਤਾਂ ਬੇਸਿਕਲੀ ਸੀਗਾ ਤੇ ਇਹਨਾਂ ਦੇ ਘਰੇ ਕੰਮ ਕਰਨ ਵਾਲਾ ਬੰਦਾ ਹੀ ਸੀਗਾ, ਪਰ ਉਹਨੇ ਸਕੀਮ ਇਸ ਤਰੀਕੇ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਇਹਨਾਂ ਤੋਂ ਐਟ ਲਵਾਂ ਫਿਰੌਤੀ ਮੰਗ ਕੇ, ਲੇਕਿਨ ਉਹ ਸਾਡੀ ਟੀਮ ਨੇ ਜਿਹੜਾ ਟਾਈਮ ਲਈ ਉਹਨੂੰ ਕ੍ਰੈਕ ਕਰਕੇ ਇਸ ਨੂੰ ਵਿਫਲ ਕਰ ਦਿੱਤਾ। ਸਰ, ਇਹ ਰਹਿਣ ਵਾਲਾ ਕਿੱਥੋਂ ਦਾ ਜੀ? ਇਹ ਟਿਪਾਲੀ ਪਿੰਡ ਦਾ ਹੀ ਹੈ ਜੀ, ਫੂਲ ਸਬ ਡਿਵੀਜ਼ਨ ਦੇ ਵਿੱਚ।
ਹੁਣ ਤੱਕ ਨਹੀਂ ਕਦੇ ਸਾਹਮਣੇ ਆਈ, ਹੁਣ ਤੱਕ ਤਾਂ ਨਹੀਂ ਆਈ, ਬਟ ਸਾਡੀ ਜਿਹੜੀ ਹੁਣ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਹਦੇ ਵਿੱਚ ਸਾਹਮਣੇ ਆਏਗੀ ਤਾਂ ਅਸੀਂ ਜ਼ਰੂਰ ਦੱਸਾਂਗੇ।